ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਰਾਣਾ ਰੀਅਲ ਸਟੇਟ ਯੂਟਿਊਬ ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ। ਬਹੁਤ ਸਾਰੇ ਪਰਿਵਾਰ ਜਿੱਥੇ ਜਿੱਥੇ ਆਪਾਂ ਤੋਂ ਕੋਠਿਆਂ ਦੀ ਮੰਗ ਕਰਦੇ ਨੇ, ਹਰ ਬਜਟ ਵਿੱਚ ਆਪਾਂ ਹਰ ਏਰੀਏ ਵਿੱਚ ਵੱਧ ਤੋਂ ਵੱਧ ਕੋਠੀਆਂ ਦਿਖਾਉਂਦੇ ਰਹਿੰਦੇ ਹਾਂ, ਚਾਹੇ ਬ੍ਰੈਂਡ ਨਿਊ ਕੋਠੀਆਂ ਹੋਣ ਜਾਂ ਰੀਸੇਲ ਅਤੇ ਪ੍ਰੋਪਰਟੀਜ਼ ਹੋਣ, ਤਾਂ ਆਪਾਂ ਹਰ ਏਰੀਏ ਵਿੱਚ ਹਰ ਬਜਟ ਦੇ ਵਿੱਚ ਕੋਠੀਆਂ ਦਿਖਾਉਂਦੇ ਰਹਿੰਦੇ ਹਾਂ, ਸਾਰੇ ਹੀ ਪਰਿਵਾਰਾਂ ਨੂੰ ਪਤਾ ਹੈ ਜੀ। ਜੇਕਰ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਤੁਹਾਡੇ ਲਈ ਜ਼ਰੂਰੀ ਸੂਚਨਾ ਇਹ ਦੇ ਦਿੰਦੇ ਹਾਂ ਕਿ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ 10 ਲੱਖ, 20 ਲੱਖ, 30 ਲੱਖ, 40 ਲੱਖ, 50 ਲੱਖ ਹਰ ਏਰੀਏ ਵਿੱਚ ਹਰ ਬਜਟ ਵਿੱਚ ਕੋਠੀਆਂ ਦਿਖਾ ਚੁੱਕੇ ਹਾਂ। ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਆਪਣੇ ਬਜਟ ਦੇ ਅਕੋਰਡਿੰਗ ਪ੍ਰੋਪਰਟੀਜ਼ ਫਾਈਂਡ ਕਰ ਸਕਦੇ ਹੋ। ਜੇਕਰ ਤੁਹਾਨੂੰ ਕੋਈ ਕੋਠੀ ਪਸੰਦ ਆਉਂਦੀ ਹੈ ਤਾਂ ਆਪਾਂ ਜ਼ਰੂਰ ਉਸ ਪ੍ਰੋਪਰਟੀ 'ਤੇ ਤੁਹਾਨੂੰ ਵਿਜ਼ਿਟ ਕਰਾਵਾਂਗੇ ਅਤੇ ਉਸ ਘਰ ਨੂੰ ਬਾਏ ਕਰਨ ਲਈ, ਉਸ ਕੋਠੀ ਨੂੰ ਬਾਏ ਕਰਨ ਲਈ ਜੋ ਵੀ ਬਣਦੀ ਕਾਰਵਾਈ ਕਰਾਂਗੇ, ਠੀਕ ਹੈ ਜੀ। ਤਾਂ ਅੱਜ ਦੀ ਕੋਠੀ ਬਹੁਤ ਹੀ ਲਗਜ਼ਰੀਅਸ ਕੋਠੀ ਰਹਿਣ ਵਾਲੀ ਹੈ, ਬਹੁਤ ਹੀ ਸੋਹਣੀ ਕੋਠੀ, ਬ੍ਰੈਂਡ ਨਿਊ ਡਿਜ਼ਾਈਨ ਦੇ ਵਿੱਚ, ਇੱਕ ਮਾਡਰਨ ਡਿਜ਼ਾਈਨ ਦੇ ਵਿੱਚ ਕੋਠੀ ਜੋ ਅੱਜ ਲੈ ਕੇ ਆਏ ਹੈਗੇ ਹਾਂ। ਇਸ ਦੀ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਵਾਂਗੇ, ਤਾਂ ਵੀਡੀਓ ਦੇ ਵਿੱਚ ਬਣੇ ਰਹੋ ਕਿਉਂਕਿ ਇਹ ਕੋਠੀ ਅੱਜ ਦੀ ਜੋ ਬਹੁਤ ਹੀ ਘੱਟ ਰੇਟ ਵਿੱਚ ਰਹਿਣ ਵਾਲੀ ਹੈ, ਠੀਕ ਹੈ ਜੀ। ਜਿਸ ਤਰ੍ਹਾਂ ਕੋਠੀ ਬਣੀ ਹੋਈ ਹੈ ਔਰ ਜਗ੍ਹਾ 'ਤੇ ਤੁਸੀਂ ਰੇਟ ਸੁਣ ਕੇ ਜ਼ਰੂਰ ਹੈਰਾਨ ਹੋਵੋਗੇ, ਬਹੁਤ ਹੀ ਘੱਟ ਸਹੀ ਪ੍ਰਾਈਸ ਦੇ ਵਿੱਚ ਇਹ ਕੋਠੀ ਲੈ ਕੇ ਆਏ ਹਾਂ, ਬਾਕੀ ਮੌਕੇ 'ਤੇ ਹੋਰ ਵੀ ਆਪਾਂ ਦੇਖ ਲਵਾਂਗੇ, ਠੀਕ ਹੈ ਜੀ। ਤਾਂ ਵੀਡੀਓ ਦੇ ਵਿੱਚ ਹੁਣ ਆਪਾਂ ਸਾਰੀ ਜਾਣਕਾਰੀ ਦੱਸਾਂਗੇ, ਕਿੰਨੇ ਗਜ਼ ਵਿੱਚ ਬਣੀ ਹੋਈ ਹੈ, ਕੀ ਪ੍ਰਾਈਸ, ਲੋਕੇਸ਼ਨ, ਸਾਰੀ ਇਨਫੋਰਮੇਸ਼ਨ ਦੇਵਾਂਗੇ, ਤਾਂ ਵੀਡੀਓ ਦੇ ਵਿੱਚ ਬਣੇ ਰਹੋ, ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਆਪਾਂ ਇਸ ਦੀ ਜਾਣਕਾਰੀ ਇਹ ਦਿੰਦੇ ਹਾਂ ਕਿ 180 ਗਜ਼ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ, ਠੀਕ ਹੈ ਜੀ। 180 ਗਜ਼ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ। 25 ਫੁੱਟ ਫਰੰਟ ਹੈ, 65 ਫੁੱਟ ਬੈਕ ਹੈ, 25x65 ਇਸ ਦਾ ਸਾਈਜ਼ ਹੈ। ਈਸਟ ਫੇਸਿੰਗ ਹੈ, ਪੂਰਬ ਦਿਸ਼ਾ ਵੱਲ ਇਸ ਦਾ ਫੇਸ ਹੈ ਜੀ, ਠੀਕ ਹੈ ਜੀ। 3 BHK ਇਹ ਕੋਠੀ ਹੈਗੀ ਹੈ, ਸੈਮੀ ਫਰਨਿਸ਼ਡ ਰਹਿਣ ਵਾਲੀ ਕੋਠੀ ਹੈ। ਉਸ ਤੋਂ ਬਾਅਦ ਇਸ ਦੇ ਵਿੱਚ ਸਾਰਾ ਹੀ ਜੋ ਲੱਕੜ ਦਾ ਕੰਮ ਹੋਇਆ, ਸਾਗਵਾਨ ਦੀ ਲੱਕੜ ਲੱਗੀ ਹੋਈ ਹੈ ਜੀ, ਪ੍ਰੀਮੀਅਮ ਕਲਾਸ ਦੀਆਂ ਟਾਈਲਾਂ ਲੱਗੀਆਂ ਹੋਈਆਂ ਨੇ, ਗ੍ਰੇਨਾਈਟ ਦਾ ਸਾਰਾ ਵਰਕ ਕੀਤਾ ਹੋਇਆ। ਮਾਡਰਨ ਡਿਜ਼ਾਈਨ ਦੀ ਇਹ ਕੋਠੀ ਹੈ ਜੀ, ਜੋ ਇਸ ਦਾ ਕਿਚਨ ਹੈ ਜੀ ਉਹ ਕਿਚਨ ਜਰਮਨ ਟੈਕਨੋਲੋਜੀ ਦੇ ਆਧਾਰ 'ਤੇ ਸਾਰਾ ਰੈਡੀ ਤਿਆਰ ਕੀਤਾ ਗਿਆ। ਕਿਚਨ ਦਾ ਜਿੰਨਾ ਵਰਕ ਹੋਇਆ ਜੀ ਜਰਮਨ ਟੈਕਨੋਲੋਜੀ ਦੇ ਬੇਸ 'ਤੇ ਕੀਤਾ ਗਿਆ। ਬਾਕੀ ਜੇਕਰ ਤੁਸੀਂ ਕੋਠੀ 'ਤੇ ਵਿਜ਼ਿਟ ਕਰੋਗੇ ਤਾਂ ਆਪਾਂ ਤੁਹਾਨੂੰ ਕੋਠੀ ਪ੍ਰੋਪਰ ਦਿਖਾਵਾਂਗੇ। ਉਸ ਤੋਂ ਬਾਅਦ ਇਸ ਨੂੰ ਜੋ ਰੋਡ ਲੱਗਦੀਆਂ ਨੇ, 60 ਫੁੱਟ ਦੀ ਰੋਡ ਤੋਂ ਐਂਟਰੈਂਸ ਹੈ ਮੇਨ ਹਾਈਵੇ ਤੋਂ, ਤਾਂ 35 ਫੁੱਟ ਦੀ ਰੋਡ ਦੇ ਸਾਹਮਣੇ ਇਹ ਕੋਠੀ ਹੈ। ਪੂਰੀ ਲਗਜ਼ਰੀਅਸ ਡਿਜ਼ਾਈਨ ਹੈਗਾ, ਤਾਂ ਕੰਮ ਵੀ ਮਾਲਕਾਂ ਨੇ ਬ੍ਰੈਂਡ ਨਿਊ ਕੋਠੀ ਪੂਰਾ ਰੂਹ ਦੇ ਨਾਲ ਕੀਤਾ ਹੋਇਆ। ਉਸ ਤੋਂ ਬਾਅਦ ਸੋਲਰ ਸਿਸਟਮ ਦਾ ਇੱਥੇ ਪ੍ਰਬੰਧ ਹੈ ਜੀ। ਉਸ ਤੋਂ ਬਾਅਦ ਇੱਕ ਹੋਰ ਜ਼ਰੂਰੀ ਆਪਾਂ ਜਾਣਕਾਰੀ ਇਹ ਦੇਵਾਂਗੇ ਕਿ ਇਸ ਕੋਠੀ ਨੂੰ ਜੋ ਬਾਹਰੋਂ ਬਿਜਲੀ ਦੀ ਤਾਰ ਵਗੈਰਾ ਆ ਰਹੀ ਹੈ, ਅੰਡਰਗਰਾਊਂਡ ਹੈ ਜੀ, ਠੀਕ ਹੈ ਜੀ। ਜੋ ਵੀ ਬਿਜਲੀ ਦਾ ਕੰਮ ਹੈਗਾ ਅੰਡਰਗਰਾਊਂਡ ਇਲੈਕਟ੍ਰੀਕਲ ਵਾਇਰਿੰਗ ਜਿੰਨੀ ਹੈਗੀ ਹੈ, ਬਿਜਲੀ ਦੀ ਵਾਇਰਿੰਗ ਉਹ ਅੰਡਰਗਰਾਊਂਡ ਕੀਤੀ ਹੋਈ ਹੈ, ਬਾਹਰ ਤੁਹਾਨੂੰ ਤਾਰਾਂ ਦੇ ਖੰਭੇ ਨਹੀਂ ਦਿਸਣਗੇ, ਠੀਕ ਹੈ ਜੀ। ਉਸ ਤੋਂ ਬਾਅਦ ਸੀਵਰੇਜ ਦੀ ਵੀ ਪੂਰੀ ਸਹੂਲਤ ਹੈ ਇਸ ਕੋਠੀ ਦੇ ਵਿੱਚ, ਅਤੇ ਐਡਵਾਂਸ CCTV ਦੀ ਵੀ ਸੁਵਿਧਾ ਹੈਗੀ ਹੈ, ਅਤੇ 24 ਘੰਟੇ ਸਿਕਿਉਰਿਟੀ ਦੀ, ਔਰ ਗੇਟਿਡ ਕਲੋਨੀ ਹੈਗੀ ਹੈ, ਇਹ ਗੇਟਿਡ ਸੁਸਾਇਟੀ ਦੇ ਵਿੱਚ ਵਾਟਰ ਸਪਲਾਈ ਦਾ ਪੂਰਾ ਪ੍ਰਬੰਧ ਹੈਗਾ ਜੀ, ਠੀਕ ਹੈ ਜੀ। ਮੇਨ 60 ਫੁੱਟ ਦੀ ਰੋਡ ਦੀ ਐਂਟਰੈਂਸ ਹੈਗੀ ਹੈ, ਬਿਊਟੀਫੁੱਲ ਮਾਡਰਨ ਲੈਂਡਸਕੇਪਿੰਗ ਵੀ ਹੈਗਾ। ਇਸ ਤੋਂ ਬਾਅਦ ਆਪਣੀ ਪਾਰਕ ਵਗੈਰਾ ਵੀ ਹੈਗੀ ਕੋਠੀ ਦੇ ਨਾਲ ਮੌਜੂਦ ਹੈ, ਸਾਰਾ ਕੁਛ, ਸਾਰੀਆਂ ਸਹੂਲਤਾਂ, ਠੀਕ ਹੈ ਜੀ। ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਵੀ ਇੱਥੇ ਲੱਗਾ ਹੋਇਆ। ਤਾਂ ਉਸ ਤੋਂ ਬਾਅਦ ਜਿਨ੍ਹਾਂ ਪਰਿਵਾਰਾਂ ਨੇ, ਇੱਕ ਜ਼ਰੂਰੀ ਸੂਚਨਾ ਹੋਰ ਦੇਵਾਂਗੇ, ਜਿਨ੍ਹਾਂ ਪਰਿਵਾਰਾਂ ਨੇ ਆਪਾਂ ਤੋਂ 10 ਲੱਖ, 20 ਲੱਖ, 30 ਲੱਖ, 40 ਲੱਖ ਤੱਕ ਕੋਠੀਆਂ ਦੀ ਡਿਮਾਂਡ ਕੀਤੀ ਸੀ, ਤਾਂ ਆਪਾਂ 10, 20, 30, 40, 50 ਲੱਖ ਤੱਕ ਪਿਛਲੀਆਂ ਵੀਡੀਓਜ਼ ਦੇ ਵਿੱਚ ਕੋਠੀਆਂ ਦਿਖਾ ਚੁੱਕੇ ਹਾਂ। ਜੇਕਰ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਉਹ ਪਲੇਲਿਸਟ ਵਿੱਚ ਜਾ ਕੇ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਪ੍ਰੋਪਰਟੀਆਂ ਦੇਖ ਸਕਦੇ ਹੋ, ਆਪਾਂ ਜ਼ਰੂਰ ਤੁਹਾਨੂੰ ਦਿਖਾਵਾਂਗੇ। ਹੁਣ ਆਪਾਂ ਇਸ ਕੋਠੀ ਦੀ ਸਾਰੀ ਜਾਣਕਾਰੀ ਦੇਣ ਲੱਗੇ। 180 ਗਜ਼ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ, ਈਸਟ ਫੇਸਿੰਗ ਹੈ, ਅਤੇ ਲੋਕੇਸ਼ਨ ਧਿਆਨ ਦੇ ਨਾਲ ਸੁਣ ਲਿਓ ਕਿਉਂਕਿ ਜ਼ਿਆਦਾਤਰ ਪਰਿਵਾਰ ਲੋਕੇਸ਼ਨ ਨਹੀਂ ਧਿਆਨ ਨਾਲ ਸੁਣਦੇ ਹੈਗੇ। ਬਾਕੀ ਤੁਸੀਂ ਕੋਠੀ ਦੇਖ ਰਹੇ ਹੋ, ਜ਼ਿਆਦਾ ਤਰੀਫਾਂ ਜਾਂ ਇਸ ਦੇ ਬਾਰੇ ਦੱਸਣ ਦੀ ਲੋੜ ਨਹੀਂ ਹੈਗੀ, ਜੋ ਵੀ ਵਰਕ ਹੋਇਆ ਤੁਹਾਡੇ ਸਾਹਮਣੇ ਹੈ। ਬਾਕੀ ਤੁਹਾਨੂੰ ਇਸ ਦਾ ਲੇਆਊਟ ਪਲਾਨ ਔਰ ਸਾਰੀ ਕੋਟੇਸ਼ਨ ਆਪਾਂ ਮੌਕੇ 'ਤੇ ਦਿਖਾ ਵੀ ਦੇਵਾਂਗੇ, ਜੋ ਜੋ ਵਰਕ ਹੋਇਆ, ਠੀਕ ਹੈ ਜੀ। ਤਾਂ
ਸਭ ਤੋਂ ਪਹਿਲਾਂ ਇਹ ਦੱਸਾਂਗੇ ਕਿ ਲੋਕੇਸ਼ਨ ਇਸ ਦੀ, ਲੋਕੇਸ਼ਨ ਧਿਆਨ ਦੇ ਨਾਲ ਸੁਣ ਲਿਓ, ਲੋਕੇਸ਼ਨ ਆਪਣੇ ਮਲੇਰਕੋਟਲਾ ਰੋਡ ਜਦੋਂ ਆਲਮਗੀਰ ਨੂੰ ਆਉਂਦੇ ਹਾਂ ਲੁਧਿਆਣੇ, ਮਲੇਰਕੋਟਲਾ ਰੋਡ ਆਲਮਗੀਰ ਲੁਧਿਆਣਾ ਇਸ ਦੀ ਲੋਕੇਸ਼ਨ ਹੈ। ਬਾਕੀ ਮੌਕੇ 'ਤੇ 1-2 ਕਿਲੋਮੀਟਰ ਇੱਧਰ ਉੱਧਰ ਜੋ ਵੀ ਹੈਗਾ ਆਪਾਂ ਤੁਹਾਨੂੰ ਦਿਖਾ ਦੇਵਾਂਗੇ। ਤਾਂ ਤੁਹਾਨੂੰ ਦੱਸ ਦਿੱਤਾ 180 ਗਜ਼ ਦੇ ਵਿੱਚ ਬਣੀ ਹੋਈ ਹੈ, ਤਾਂ ਰੇਟ ਵੀ ਤੁਸੀਂ ਬਹੁਤ ਰੇਟ ਮਾਲਕਾਂ ਨੇ ਵਾਜਿਬ ਰੱਖਿਆ ਹੋਇਆ ਹੈ। ਬਾਕੀ ਤੁਸੀਂ ਦੇਖ ਸਕਦੇ ਹੋ ਮੌਕੇ 'ਤੇ ਘੱਟ ਵੱਧ ਵੀ ਕਰ ਲਾਂਗੇ, 1.25 CR ਇਸ ਦਾ ਰੇਟ ਹੈ, ਠੀਕ ਹੈ ਜੀ। ਤਾਂ ਲੋਕੇਸ਼ਨ, ਪ੍ਰਾਈਜ਼, ਇਸ ਤੋਂ ਇਲਾਵਾ ਆਪਾਂ ਤੁਹਾਨੂੰ ਕਿੰਨੇ ਗਜ਼ ਵਿੱਚ ਕੋਠੀ ਦੀ ਕੰਸਟਰਕਸ਼ਨ ਹੋਈ ਹੈ ਸਾਰਾ ਕੁਛ ਦੱਸ ਚੁੱਕੇ ਹਾਂ। ਤਾਂ ਹੋਰ ਕੁਛ ਵੀ 2580 ਸਕੇਅਰ ਫਿੱਟ ਏਰੀਆ ਕਵਰਡ ਹੈ। ਬਾਕੀ ਜੇਕਰ ਕੁਛ ਘੱਟ ਵੱਧ ਹੋਇਆ ਤਾਂ ਤਕਰੀਬਨ ਮੌਕੇ 'ਤੇ ਦੇਖ ਲਵਾਂਗੇ, ਠੀਕ ਹੈ ਜੀ। ਤਾਂ ਜ਼ਰੂਰੀ ਸੂਚਨਾ ਵੀ ਆਪਾਂ ਦੇ ਚੁੱਕੇ ਹਾਂ, 10-20-30-40-50 ਲੱਖ ਤੱਕ ਆਪਾਂ ਬਹੁਤ ਸਾਰੀਆਂ ਅਨਲਿਮਿਟਿਡ ਲਿਸਟਿੰਗ ਕਰ ਚੁੱਕੇ ਹਾਂ ਯੂਟਿਊਬ ਚੈਨਲ 'ਤੇ। ਜੇਕਰ ਇੰਸਟਾਗ੍ਰਾਮ ਪੇਜ 'ਤੇ ਜਾ ਸਕਦੇ ਹੋ ਤਾਂ ਰਾਣਾ ਰੀਅਲ ਇਸਟੇਟ 97 ਫਾਇੰਡ ਕਰ ਸਕਦੇ ਹੋ, ਅਤੇ ਗੂਗਲ 'ਤੇ ਰਾਣਾ ਰੀਅਲ ਇਸਟੇਟ 97.com 'ਤੇ ਵੀ ਜਾ ਕੇ ਸਾਰੀ ਇਨਫੋਰਮੇਸ਼ਨ ਸਸਤੇ ਘਰਾਂ ਦੀ ਵੀ ਲੈ ਸਕਦੇ ਹੋ, ਹਰ ਤਰ੍ਹਾਂ ਦੇ ਘਰਾਂ ਦੀ ਲੈ ਸਕਦੇ ਹੋ, ਠੀਕ ਹੈ ਜੀ। ਇਹ ਹੈ ਜੀ ਬੈਡਰੂਮ ਇਸ ਕੋਠੀ ਦਾ, ਤਾਂ ਨੀਚੇ ਵੀ 2 ਬੈਡਰੂਮ ਬਣੇ ਹੋਏ ਨੇ, ਵਾਸ਼ਰੂਮ ਬਣੇ ਹੋਏ ਨੇ, ਉੱਪਰ ਵੀ ਬੈਡਰੂਮ, ਵਾਸ਼ਰੂਮ, ਕਿਚਨ ਦਾ ਕੰਮ, ਲੋਬੀ ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਇਸਦਾ ਜੋ ਆਪਣੇ LED ਬਿਜਲੀ ਦਾ ਕੰਮ ਦੇਖ ਸਕਦੇ ਹੋ, ਅਤੇ ਪੇਂਟ ਦਾ ਕੰਮ ਦੇਖ ਸਕਦੇ ਹੋ, ਔਰ ਜੋ ਵਰਕ ਵੋਲਸ 'ਤੇ ਕੀਤਾ ਗਿਆ ਹੈਗਾ ਜੀ, ਕਰਟਨਸ ਵਗੈਰਾ, ਇਸ ਤੋਂ ਬਾਅਦ ਟਾਇਲਸ, ਸਾਰਾ ਹੀ ਵਰਕ ਤੁਸੀਂ ਦੇਖ ਸਕਦੇ ਹੋ। ਤੁਹਾਨੂੰ ਜ਼ਿਆਦਾ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਪੈਣੀ ਹੈਗੀ। ਤਾਂ ਕਾਫੀ ਹੱਦ ਤੱਕ ਆਪਾਂ ਇਨਫੋਰਮੇਸ਼ਨ ਇਸ ਕੋਠੀ ਦੀ ਦਿੱਤੀ ਹੈ, ਤਾਂ ਅੱਗੇ ਵੀ ਕੋਠੀਆਂ ਤੁਹਾਨੂੰ ਦਿਖਾਉਂਦੇ ਰਹਿਣਾ। ਤਾਂ ਸਸਤੀਆਂ ਕੋਠੀਆਂ ਦੇਖਣ ਲਈ, ਹੋਰ ਬ੍ਰੈਂਡ ਨਿਊ ਲਗਜ਼ਰੀ ਕੋਠੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਲੁਧਿਆਣਾ ਦੇ ਵਿੱਚ ਅਸੀਂ ਹੋਰ ਕੋਠੀਆਂ ਦਿਖਾ ਸਕੀਏ। ਤਾਂ ਜਿੰਨੇ ਪਰਿਵਾਰ ਆਪਾਂ ਤੋਂ, ਕੁਛ ਪਰਿਵਾਰ ਬੈਂਕ ਲੋਨ 'ਤੇ ਕਿਸ਼ਤਾਂ 'ਤੇ ਵੀ ਘਰ ਮੰਗਦੇ ਨੇ, ਤਾਂ ਆਪਾਂ ਬੈਂਕ ਲੋਨ 'ਤੇ ਕਿਸ਼ਤਾਂ 'ਤੇ ਪਿਛਲੀਆਂ ਵੀਡੀਓਜ਼ ਵਿੱਚ ਘਰ ਦਿਖਾ ਚੁੱਕੇ ਹਾਂ। ਜਿੱਦਾਂ 20-30-40 ਲੱਖ ਤੱਕ ਬੈਂਕ ਲੋਨ 'ਤੇ ਵੀ ਬਹੁਤ ਸਾਰੇ ਪਰਿਵਾਰ, ਜੇਕਰ ਸਿਬਰ ਸਕੋਰ ਡਾਊਨ ਹੋਵੇ ਤਾਂ ਵੀ ਆਪਾਂ ਕਰਵਾ ਦਿੰਦੇ ਹਾਂ, ਕੋਸ਼ਿਸ਼ ਕਰ ਦਿੰਦੇ ਹਾਂ ਪੂਰੀ। ਤਾਂ ਇਸ ਦੀ ਆਬਾਦੀ ਵੀ ਤੁਸੀਂ ਦੇਖ ਸਕਦੇ ਹੋ, ਤਾਂ ਇਹ ਕਾਫੀ ਏਰੀਆ ਡਿਵੈਲਪ ਹੋ ਰਿਹਾ ਹੈਗਾ ਜੀ, ਠੀਕ ਹੈ ਜੀ। ਬਾਕੀ ਜੇਕਰ ਤੁਸੀਂ ਆਪਣੇ ਅਕੋਰਡਿੰਗ ਵੀ ਕੋਠੀ ਕਸਟਮਾਈਜ਼ ਕਰਾਉਣੀ ਹੋਵੇ, ਤਿਆਰ ਕਰਵਾਉਣੀ ਹੋਵੇ, ਤਾਂ ਉਸ ਤਰ੍ਹਾਂ ਵੀ ਹੋਜੂਗੀ, ਇੱਕ ਅਫੋਰਡੇਬਲ ਪ੍ਰਾਈਸ ਦੇ ਵਿੱਚ, ਠੀਕ ਹੈ ਜੀ। ਤਾਂ ਇਸ ਕਲੋਨੀ ਦੇ ਵਿੱਚ ਇੱਕ ਵਾਰ ਤੁਸੀਂ ਵਿਜ਼ਿਟ ਕਰੋ, ਇਸ ਕੋਠੀ ਨੂੰ ਦੇਖੋ, ਤਾਂ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਇਹ ਕੋਠੀ ਬਾਏ ਕਰਨ ਵਿੱਚ ਤੁਹਾਡੀ ਹੈਲਪ ਕਰ ਸਕੀਏ। ਅਤੇ ਜਿਨ੍ਹਾਂ ਦੇ ਬਾਕੀ ਭਾਗਾਂ ਵਿੱਚ ਕੋਠੀ ਜਾਂ ਕੁਛ ਵੀ ਘਰ ਜ਼ਮੀਨ ਹੁੰਦੀ ਹੈ, ਭਾਗਾਂ ਦੇ ਮੁਤਾਬਕ ਮਿਲ ਜਾਂਦੀ ਹੈ, ਠੀਕ ਹੈ ਜੀ। ਤਾਂ ਇਸ ਤੋਂ ਇਲਾਵਾ ਆਪਾਂ ਜ਼ਰੂਰੀ ਸੂਚਨਾ ਇਹ ਦੇਵਾਂਗੇ, ਅਤੇ ਸਸਤੇ ਤੋਂ ਸਸਤੇ ਰੇਟਾਂ ਵਿੱਚ ਲਗਜ਼ਰੀ ਕੋਠੀਆਂ ਆਪਾਂ ਪਿੱਛੇ ਵੀ ਦਿਖਾ ਚੁੱਕੇ ਹਾਂ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਇਹ ਕੋਠੀ ਅੱਜ ਦੀ ਕਿਸ ਤਰ੍ਹਾਂ ਦੀ ਲੱਗੀ, ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ ਜੀ, ਫੈਮਿਲੀ ਫਰੈਂਡਸ ਸਾਰੇ ਪਾਸੇ ਸ਼ੇਅਰ ਕਰਨਾ, ਤਾਂ ਕਿ ਜੇਕਰ ਕੋਈ ਵਿਅਕਤੀ ਆਪਣੇ ਲਈ ਕੋਠੀ ਲੱਭ ਰਿਹਾ ਤਾਂ ਉਸ ਤੱਕ ਕੋਠੀ ਪਹੁੰਚ ਸਕੇ। ਬਾਕੀ ਰਾਣਾ ਰੀਅਲ ਸਟੇਟ ਯੂਟਿਊਬ ਚੈਨਲ, ਇੰਸਟਾਗ੍ਰਾਮ ਪੇਜ, ਫੇਸਬੁੱਕ ਪੇਜ, ਰਾਣਾ ਰੀਅਲ ਸਟੇਟ 97.com ਵੈਬਸਾਈਟ, ਇਸ ਤੋਂ ਇਲਾਵਾ ਅਦਰ ਸੋਸ਼ਲ ਮੀਡੀਆ ਅਕਾਊਂਟਸ 'ਤੇ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਧੰਨਵਾਦ।